जनाब सरवर इकबाल साहब। जी अस्सलाम वालेकुम ते चाओ सारेयानू। जी वेलकम जी। सरवर इकबाल साहब ने कलची ना तेलो पिंड है जी, या शहर है पाकिस्तान फ्राम खारियां तो एग्जाम पास कीता है, 35-20 थ्योरी क्लियर कीती है इन्हीं दिनों दे विच। बहुत ज्यादा कांग्रेचुलेशन जी भाई सरवर इकबाल शुक्रिया जी। कलची ना तेलो। सारियां मेहनत थैंक क्योंकि बेसिक जरा पढ़ाने वाले का बड़ा कमाल होता है, जज़ाक टीचर तो बड़ा डिपेंड करता है। ते बहुत मैं ज्यादा चंद बहुत गल्लां ज्यादा। जिहड़ियां ने ज्यादा नहीं लेकिन दो तो तीन गल्लां मैं जरूर अपने भाइयों नाल या सिस्टर्स ने जिहड़ियां नाल शेयर करना चाहूंगा। जरूर नंबर एक क्या भी मैं समझना मुश्किल मैं समझना बल्कि यह बिल्कुल मुश्किल को नहीं, पर साढ़े कुछ हमदर्द सब कहते नहीं जी जबान परफेक्ट होनी चाहिए है। मेरा जहन है कि सिर्फ बंदा पढ़ सकता वे लिखे नूं जी ते कोई मसला नहीं है, जबान का कोई खास तल्लक कोई नहीं है, बस क्लास जड़ी है वो टाइम मिलो और रिवीजन मस्ट होनी चाहिए है। ते तीसरे नंबर ते है कि मैं एक के काम जरा मस्ट कीता है भाई, ਜਿਹੜੀਆਂ ਤੁਸੀਂ ਨਾਲ ਨਾਲ ਨਿਸ਼ਾਨੀਆਂ ਦੱਸਦੇ ਜੀ ਉਹ ਮੈਂ ਜੀ ਮਸਟ ਲਿਖੀਆਂ ਨੇ, ਚੈਪਟਰ ਵਾਈਜ਼ ਵੀ ਲਿਖੀਆਂ ਨੇ ਕਿ ਇਹ ਨਿਸ਼ਾਨੀਆਂ ਇਸ ਚੈਪਟਰ ਵਾਸਤੇ ਇਸਤੇਮਾਲ ਹੋਣਗੀਆਂ, ਇਹ ਨਿਸ਼ਾਨੀ ਜਿਹੜੀ ਹੈ ਪੂਰੀ ਬੁੱਕ ਵਾਸਤੇ ਇਸਤੇਮਾਲ ਹੋਵੇਗੀ। ਅੱਛਾ, ਮਤਲਬ ਉਹਨਾਂ ਦੀ ਬੜੀ ਮੈਨੇਜਮੈਂਟ ਕੀਤੀ ਨਾਲ ਨਾਲ ਹਾਂਜੀ ਉਹਨਾਂ ਕਿਸਮਤ ਚੰਗੀ। ਨਿਸ਼ਾਨੀਆਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਹਾਂਜੀ ਹਾਂਜੀ ਤੇ ਮਜ਼ੇ ਦੀ ਬਾਤ ਇੱਕ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ, ਮੈਂ ਸਕੂਲ ਦੀ ਤਰਫ ਦਾਖਲਾ ਭੇਜਿਆ ਹੈ ਠੀਕ ਹੈ ਤੇ ਜਿਸ ਵੇਲੇ ਉਹਦੇ ਕੋਲ ਮੈਂ ਗਿਆ ਤੇ ਮੈਂ ਆਖਿਆ ਵੀ ਠੀਕ ਹੈ ਮੈਂ ਫੀਸ ਪੇ ਕਰਨਾ ਤੇ ਮੇਰਾ ਦਾਖਲਾ, ਤੇ ਉਹਨੇ ਆਖਿਆ ਮੈਂ ਟੈਸਟ ਲਾਂਗਾ ਤੇਰਾ, ਤੇ ਮੇਰੇ ਦੋਸਤ ਨੇ ਆਖਿਆ ਬਈ ਤੂੰ ਟੈਸਟ ਲੈ ਲੈ ਤੂੰ, ਤੇ ਮੈਂ ਪਹਿਲਾਂ ਹੀ ਜਿਹੜਾ ਸਕੇ ਦਾ ਕੀਤਾ ਉਹਦੇ ਵਿੱਚ ਮੇਰੀ ਜ਼ੀਰੋ ਗਲਤੀ। ਅੱਛਾ ਮਾਸ਼ਾਅੱਲਾ ਜ਼ਬਰਦਸਤ। ਉਹਨੂੰ ਕੁਝ ਡਾਊਟ ਆਇਆ ਬਈ ਸ਼ਾਇਦ ਹੈਲਪ ਨਾ ਹੋਵੇ, ਉਹਨੇ ਆਖਿਆ ਵੀ ਇੱਕ ਸਕੇ ਦਾ ਤੂੰ ਹੋਰ ਕਰ ਲੈ। ਅੱਛਾ ਉਹਦੇ ਤੇ ਸੈਟੀਸਫਾਈਡ ਨਹੀਂ ਹੋਏ ਐਕਸ ਕੇ ਦੇ ਤੇ। ਮੈਂ ਸੈਕੰਡ ਕੀਤਾ ਉਹਦੇ ਵਿੱਚ ਇੱਕ ਗਲਤੀ ਆਈ, ਠੀਕ ਹੈ ਜੀ ਉਹਨੇ ਸਵਾਲ ਕੀ ਜੀ ਆਵਾਜ਼ ਰੁਕ ਗਈ ਹੈ, ਸ਼ਾਇਦ ਥੋੜਾ ਸਿਗਨਲ ਇਸ਼ੂ ਸੀ ਜੀ। ਭਾਈ ਸਰਵਰ ਸਾਹਿਬ ਤੁਹਾਡੀ ਆਵਾਜ਼ ਰੁਕ ਗਈ। ਅੱਛਾ ਜੀ ਤੁਸੀਂ ਸ਼ੁਰੂ ਤੋਂ ਮੈਂ ਕਰੋ। ਵਾਕਿਆ ਸੁਣਾ ਰਿਹਾ ਸੀ ਕਿ ਉਹਨੇ ਸਵਾਲ ਦੁਬਾਰਾ ਮੈਨੂੰ ਸਕੇਦਾ ਦਿੱਤਾ, ਮੈਂ ਦੁਬਾਰਾ ਕੀਤਾ, ਇੱਕ ਗਲਤੀ ਆ ਗਈ। ਠੀਕ ਹੈ ਉਹ ਮੁਸਕਰਾਇਆ ਤੇ ਕਹਿੰਦਾ ਵੀ ਸਮਝ ਨਹੀਂ ਆਉਂਦੀ ਵੀ ਜ਼ੁਬਾਨ ਤੈਨੂੰ ਨਹੀਂ ਆਉਂਦੀ। ਸਕੇਦਾ ਮੁਸ਼ਕਿਲ ਤੁਹਾਨੂੰ ਕਿਹਾ ਸਕੇਦਾ ਆਇਆ ਔਰ ਤੂੰ ਕਿਸ ਤਰ੍ਹਾਂ ਹੱਲ ਕਰ ਲਿਆ। ਆ ਜ਼ੁਬਾਨ ਨਹੀਂ ਮੈਨੂੰ ਆਉਂਦੀ। ਦੱਸ ਕੇ ਤੇ ਕਹਿੰਦਾ ਵੀ ਇਹ ਤੂੰ ਗੱਲ ਛੱਡ, ਤੂੰ ਹੋਰ ਇੱਕ ਸਕੇਦਾ ਕਰਾਉਣਾ ਤੇ ਕਰਾ ਲੈ ਲੇਕਿਨ ਕ੍ਰੈਡਿਟ ਤੁਹਾਡੇ ਦੇ ਪਲੀਜ਼। ਦੋਸਤ ਕਹਿੰਦੇ ਰਹੇ ਨਾ ਹਾਂਜੀ ਅੱਲਾਹ ਬਿਲਕੁਲ ਜਿਹੜੀਆਂ ਨਿਸ਼ਾਨੀਆਂ ਆਈਆਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕਹਿ ਲਓ ਤੁਸੀਂ 70% ਮੈਨੂੰ ਨਿਸ਼ਾਨੀਆਂ ਨੇ ਹੈਲਪ ਦਿੱਤੀ ਹੈ। ਅੱਛਾ ਜੀ ਮਾਸ਼ਾਅੱਲਾ। ਮੈਂ ਤੁਹਾਡੀ ਇਸ ਗੱਲ ਤੋਂ ਐਗਰੀ ਕਰਦਾ ਜੀ, ਔਰ ਮੇਰੇ ਜ਼ਿਹਨ 'ਚ ਇਹ ਗੱਲ ਆ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਨਕਲ ਨਹੀਂ ਸੀ ਕਈ ਵਾਰੀ ਲਾ ਲੈਂਦੇ ਹੁੰਦੇ ਸਕੂਲ ਕਾਲਜ ਦੇ ਜੀ ਜ਼ਮਾਨੇ ਵਿੱਚ, ਬੂਟੀ ਲੈ ਜਾਂਦੇ ਹੁੰਦੇ ਸੀ, ਸਾਡੀਆਂ ਨਿਸ਼ਾਨੀਆਂ ਸਾਡੀ ਬੂਟੀ ਹੈਗੀ ਹੈ, ਸਾਡੀ ਨਕਲ ਹੈ, ਬਹੁਤ ਜ਼ਿਆਦਾ ਕਿਉਂਕਿ ਹੈਲਪ ਉਹ ਕਰਦੀ ਲਫ਼ਜ਼ ਹੈ। ਆ ਜਾਂਦਾ ਔਰ ਅਸੀਂ ਉਹਨੂੰ ਵੇਰੋ ਜਾਂ ਫਾਲਸੋ ਕਰ ਦਿੰਦੇ ਹਾਂ ਪੜ੍ਹੀ ਬਗੈਰ। ਤੇ ਜੀ ਸਰਵਰ ਸਾਹਿਬ ਤੇ ਉਹ ਫਿਰ ਸਪੈਸ਼ਲ ਕੁਝ ਨਿਸ਼ਾਨੀਆਂ ਜਿਹੜੀਆਂ ਪਰ ਹਰ ਚੈਪਟਰ ਦੀਆਂ ਅਲੱਗ ਨੇ, ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਔਰ ਮੈਂ ਸਮਝਣਾ ਬਈ ਇੱਕ ਬੰਦਾ ਅਗਰ 1 ਮਹੀਨਾ ਪ੍ਰੋਪਰ ਕਲਾਸ ਲੈ ਲੇ, ਔਰ ਤੁਹਾਨੂੰ ਪਤਾ ਮੈਂ ਸਿਰਫ 1 ਹੀ ਮਹੀਨਾ ਪ੍ਰੋਪਰ ਕਲਾਸ ਲਈ ਆ, ਉਸ ਤੋਂ ਬਾਅਦ ਮੈਂ ਲੇਕਿਨ ਮੈਂ ਸਕੇਡੇ ਨਹੀਂ ਛੱਡੇ। ਮੈਂ ਜਿਤਨਾ ਵੀ ਥੱਕਿਆ ਹੋਇਆ ਕੰਮ ਸੀ, ਮੈਂ ਮਿਨੀਮਮ ਮੇਰਾ ਟਾਰਗੇਟ ਸੀ ਕਿ 5 ਸਕੇਦੇ ਕਰਨੇ ਨੇ, ਠੀਕ ਹੈ ਜੀ। ਮਿਨੀਮਮ ਮੈਂ 5 ਸਕੇਦੇ ਡੇਲੀ ਕੀਤੇ ਨੇ। ਫੈਕਟਰੀ ਦੀ ਜੌਬ ਸੀ ਤੁਹਾਡੀ ਭਾਈ ਸਰਵਰ ਮੇਰੀ ਸਾਹਿਬ? ਫੈਕਟਰੀ ਦੀ ਜਾਬ ਸੀ ਔਰ ਮੇਰਾ ਲਾਸਟ ਮੰਥ ਕੰਟਰੈਕਟ ਆਇਆ ਔਰ ਉਹ ਮੈਨੂੰ 12-12 ਘੰਟੇ ਕੰਮ ਕਰਾਉਂਦੇ ਰਹੇ ਨੇ। ਓ ਅੱਲਾ ਅੱਲਾ, ਉਸ ਦੇ ਬਾਵਜੂਦ ਵੀ ਤੁਸੀਂ ਟਾਈਮ ਪੜ੍ਹਾਈ ਨੂੰ ਦਿੰਦੇ ਰਹੇ ਹੋ। ਮੈਂ ਔਰ ਮੇਰੇ ਦੋਸਤ ਜਿਹੜੇ ਨੇ ਉਹ ਵੀ ਇਸ ਗੱਲ ਨੂੰ
मैं कभी क्योंकि मेरी हैंडराइटिंग जल्दी लिखता रहा, मैं तकरीबन 2 रजिस्टर ऐसे भरते ने जेड़ी गल ज़हन च नहीं आई। अच्छा। एक बार गलती की थी और लिखिया जरूर, क्योंकि लिखने नाल दोबारा तुम्हारे ज़हन नशीन हो जाती है। इन्हां दे दोस्त ने भाई सजाद साहब बहुत हेल्प की, असीं उन्हां दा शुक्रगुजार हाँ जी। उन्होंने साढ़े स्टूडेंट नूं मजीद अगे चलाया, उन्हां दी हेल्प की, बहुत शुक्रिया भाई सजाद साहब कलचीना तेलो तो जी। ते भाई सरवर साहब निशानियां ने काफी हेल्प की, एग्जाम विच भी काफी निशानियां या सवालां च एग्जाम विच निशानियां ते थोड़ियां आईयां, लेकिन मैं एक शेयर करना, एग्जाम मतलब मेरी सोच तो नहीं ज्यादा इजी। अच्छा जी। उदे विच उन्होंने बल्कि मैं अपना भी एग्जाम और दोड़े नाल मेरे पास होए ने 2-3 स्टूडेंट, 2 फेल होए ने, जेड़े फेल होए ने वो परफेक्ट लैंग्वेज उन्होंने आंदी है, इटालियन बच्चे ने। लेकिन चूंकि मेरा ख्याल है प्रैक्टिस नहीं है, प्रैक्टिस नहीं, बिल्कुल जेड़े सी पास हो या साडे सवाल एग्जाम विच मैं जेड़ा कीता या जिन्हां दोस्तां दे देखे ने पेपर, वो बिल्कुल इजी सवाल आंदे आए ने उथे। मतलब मतलब जो नॉर्मल्स के दा कर कर दे ओदे नाल थोड़े डिफरेंट इजी सी है ना जी, मेरे ख्याल दे मुताबिक 50% इजी है। माशाल्लाह। कंफ्यूजन वाले सिर्फ 2-3 सवाल आए ने बस। लेकिन एक गल मैं कीती है, मैं तकरीबन 1 दिन पहले मैसेज सेंड किया, मैं बिल्कुल नहीं कीते, आराम नाल उठ गया। हुण फिर जिस मजहब नाल कोई तअल्लुक रखदा दरूद शरीफ पढ़ते गया, आराम नाल बह गया। माशाल्लाह। ते एक छोटी जी अर्ज होर करांगा मैं, जिहड़ी मेरे नाल बीती, मेरे नाल जिहड़ा मुंडा फेल होया उहने क्योंकि 8 मिंट विच पेपर करके, ओ मतलब उन्हें सारे क्वेश्चन हल करके ओ बाहर निकल गया। ठीक है जी। तो जिस वेले ओ गड्डी च आके बह गया, सी डिस्कस करन लग पे आ, तो फिर उन्हें आख्या मेरी ना जे 3 गलतियां ने, लेकिन मैं 10 मिनट च कर लिया। लेकिन दोबारा उन रिपीट कीता, 1 नंबर से शुरू कर गया आराम नाल, और तक 3 दफा मैं रिपीट कीता अपना। ਤੁਸੀਂ ਆਪਣੀ ਗੱਲ ਕਰ ਰਹੇ ਹੋ ਜਾਂ ਦੋਸਤ ਤੁਹਾਡੇ ਨੇ? ਆਪਣੀ ਕਰ ਰਿਹਾ ਕਿ ਮੈਂ 3 ਦਫਾ ਰਿਪੀਟ ਕੀਤਾ, ਜਿਹੜਾ ਇਟਾਲੀਅਨ ਬੱਚਾ ਉਹਨੇ 7 ਮਿੰਟਾਂ ਵਿੱਚ ਕਰਕੇ ਉਹ ਬਾਹਰ ਨਿਕਲ ਗਿਆ। ਠੀਕ ਹੈ। ਤੇ ਬਾਹਰ ਜਾ ਕੇ ਉਹਨੂੰ ਖਿਆਲ ਆਇਆ ਵੀ ਇਹ ਕੁਐਸਚਨ ਮੈਂ ਗਲਤ ਕੀਤਾ। ਓ ਆ ਦੇਖੋ ਨਾ ਕਿਤਨੀ ਇੱਕ ਨੁਕਸਾਨ ਹੋ ਗਿਆ। ਇਸ ਵਾਸਤੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਆਰਾਮ ਨਾਲ ਟਾਈਮ ਹੈ। 3 ਮਿੰਟ ਵਿੱਚ ਬੰਦਾ 3 ਵਾਰੀ ਨਹੀਂ ਤੇ 2 ਵਾਰੀ ਤੇ ਮਸਟ ਨੂੰ ਫਿਰ ਜਾਂਦਾ ਇੱਕ ਵਾਰੀ ਆਰਾਮ ਨਾਲ। ਕਨਫਰਮ ਹੋ ਜਾਂਦਾ ਹੈ ਇੱਥੇ ਮੈਂ ਗਲਤ ਤੇ ਨਹੀਂ ਟਿਕ ਕਰ ਛੜੀ, ਇੱਥੇ ਇੰਜ ਤੇ ਨਹੀਂ ਹੋ ਗਿਆ। ਠੀਕ ਹੈ ਜੀ। ਯਾਨੀ ਕਿ ਨਜ਼ਰ ਮਾਰ ਲਓ ਔਰ ਬਾਹਰ ਜਾ ਕੇ ਕਿਹੜਾ ਇਨਾਮ ਲੈਣਾ ਹੈ, ਆਰਾਮ ਦੇ ਨਾਲ ਸਕੇਦਾ ਕਰੋ, ਆਰਾਮ ਨਾਲ ਸਕੇਦਾ ਕਰੋ, ਰਿਲੈਕਸ ਹੋ ਕੇ। ਤੇ ਤੁਹਾਨੂੰ ਲੱਗ ਗਿਆ ਕਿ ਹਾਂ ਠੀਕ ਹੈ, ਤੇ ਕੈਸੇ ਸੀ ਹਾਲਾਤ ਲਾਕਡਾਊਨ ਦੇ ਕਰਕੇ, ਉਹ ਮਾਸਕ ਵਗੈਰਾ ਪਾਏ ਸੀ? ਮਾਸਕ ਵਗੈਰਾ ਮਸਟ ਹੈ, ਤੇ ਮਾਸਕ ਦੀ ਵਜ੍ਹਾ ਤੇ ਈਜ਼ੀ ਨਹੀਂ ਹੈ ਕਿ ਮਾਸਕ ਦੀ ਵਜ੍ਹਾ ਦੂਸਰਾ ਬੰਦਾ ਚਲਾ ਜਾਏ ਤੁਹਾਡੀ ਜਗ੍ਹਾ ਤੇ? ਨਹੀਂ, ਚੈਕਿੰਗ ਬਹੁਤ ਜ਼ਿਆਦਾ ਹੈ, ਲੇਕਿਨ ਜ਼ਰਾ ਆਈਡੀ ਤੁਹਾਡੀ ਚੈੱਕ ਕਰਦੇ ਨੇ, ਮਾਸਕ ਲਵਾ ਕੇ ਫਿਰ ਚੈੱਕ ਕਰਦੇ ਨੇ। ਹਾਂ ਉਹ ਇੱਕ ਦਫਾ ਦੇਖਦੇ ਨੇ। ਠੀਕ ਹੈ ਠੀਕ ਹੈ। ਮੈਂ ਕਿਹਾ ਮਾਸਕ ਵਿੱਚ ਤੇ ਕੰਮ ਬਣ ਜਾਂਦਾ ਫਿਰ ਐਕਚੁਅਲੀ ਜੀ, ਉਹਨਾਂ ਦੇ 2-3 ਬੰਦਿਆਂ ਦੇ ਵਿੱਚ ਫਿਰਦੇ ਤੇ, ਲੇਕਿਨ ਉਹ ਕਿਉਂਕਿ ਪ੍ਰੋਫੈਸ਼ਨਲ ਹੁੰਦੇ ਨੇ, ਉਹਨਾਂ ਦੀ ਨਜ਼ਰ ਹੁੰਦੀ ਆ, ਦੇਖ ਕੇ ਰਹੇ ਹੁੰਦੇ, ਨਜ਼ਰ ਕਿਰੇ ਹੁੰਦੀ ਆ ਉਹਨਾਂ ਦੀ। ਹਾਂ ਇਹ ਚੀਜ਼ ਹੈਗੀ, ਇਹ ਚੀਜ਼ ਹੈਗੀ। ਤੇ ਕੈਸੀ ਰਹੀ ਮਤਲਬ ਪੜ੍ਹਾਈ? ਤੁਸੀਂ ਕਹਿ ਰਹੇ ਹੋ ਕਿ ਸਿਰਫ 1 ਮਹੀਨਾ ਕਲਾਸਾਂ ਲਾਈਆਂ ਨੇ, ਉਸ ਤੋਂ ਬਾਅਦ ਕਲਾਸਾਂ ਛੋੜ ਦਿੱਤੀਆਂ ਨੇ, ਇਹ ਕੀ ਇਹਦੇ 'ਚ ਰਾਜ਼ ਹੈਗਾ? ਹਾਲਾਂਕਿ ਸਾਡੀ ਤਰਫ ਤੁਹਾਨੂੰ ਇਜਾਜ਼ਤ ਸੀ ਕਿ ਪੜ੍ਹਦੇ ਰਹੋ ਬੇਸ਼ੱਕ ਜੀ। ਕਲਾਸ ਮੈਂ 1 ਮਹੀਨਾ ਲਈ ਆ, ਲੇਕਿਨ ਜਿਸ ਵੇਲੇ ਮੈਂ ਇੱਕ ਵਾਰੀ ਬੁੱਕ ਫਿਰ ਗਿਆ ਸਾਰੀ, 1 ਦਫਾ ਪੜ੍ਹੀ ਆ, ਦੂਸਰੀ ਵਾਰੀ ਮੈਂ ਕੋਈ ਵੀ ਚੈਪਟਰ ਨਹੀਂ ਪੜ੍ਹਿਆ, ਟਾਈਮ ਥੋੜਾ ਮੇਰੇ ਕੋਲ। ਲੇਕਿਨ ਮੈਂ ਫਿਰ ਸਕੇਦੇ ਪੂਰੀ ਬੁੱਕ ਤੇ ਪਹਿਲੇ ਵੀ ਅਰਜ਼ ਕੀਤੀ ਹੈ ਕਿ ਕਮ ਅਜ਼ ਕਮ ਮੈਂ ਟਾਰਗੇਟ ਰੱਖਿਆ ਕਿ 5 ਸਕੇਦੇ ਮੈਂ ਮਸਟ ਕਰਨੇ ਡੇਲੀ ਦੇ। ਸਟਾਰਟ ਚ ਬਿਲਕੁਲ ਸ਼ੁਰੂ ਸ਼ੁਰੂ ਚ ਭਾਈ ਸਰਵਰ ਸਾਹਿਬ ਕਿਤਨੀਆਂ ਗਲਤੀਆਂ ਆਉਂਦੀਆਂ ਸੀ ਜਦੋਂ ਮਸਲਨ ਲਾਈਕ ਸ਼ੁਰੂ ਕੀਤਾ ਹੈ ਬਈ, ਚਲੋ ਪਹਿਲੇ ਹਫਤੇ ਚ ਜਾਂ ਦੂਜੇ ਹਫਤੇ ਚ ਕਿਤਨੀਆਂ ਗਲਤੀਆਂ ਤੁਹਾਡੀਆਂ ਆ ਰਹੀਆਂ ਸੀ? ਮੈਨੂੰ ਕਿਉਂਕਿ ਇਸ ਜਾਤ ਭਾਈ ਦੀ ਹੈਲਪ ਬਹੁਤ ਜ਼ਿਆਦਾ ਹੀ, ਮੇਰੀਆਂ 7 ਤੋਂ ਜ਼ਿਆਦਾ ਗਲਤੀਆਂ ਹੋਈਆਂ ਹੀ ਨਹੀਂ ਟੋਟਲ। ਮੈਂ ਪਹਿਲਾਂ ਚੈਪਟਰ ਵਾਈਜ਼ ਕਰ, ਜਿਹੜਾ ਚੈਪਟਰ ਕਲੀਅਰ ਹੁੰਦਾ ਮੈਂ ਉਸ ਚੈਪਟਰ ਨੂੰ ਕਮ ਅਜ਼ ਕਮ ਵੀ ਉਹਦੇ 5-6 ਸਕੇਲ ਮਸਟ ਕਰਕੇ, ਫਿਰ ਦੂਸਰਾ ਕਲੀਅਰ ਹੋ ਗਿਆ, ਫਿਰ ਦੋਵਾਂ ਨੂੰ ਮਿਕਸ ਕਰਕੇ ਪਹਿਲੇ ਦੂਸਰੇ
गलती मेरी स्टार्ट भी सात से फिर तीन चार गलतियां आ गया इसमें। भाई सर्वर साहब इटली आया कितना टाइम हो गया? इटली आया भाई जब मनु 10 साल हो गए रे, मैं नेक्स्ट ईयर नेशनलिटी अप्लाई कर रही है लेकिन काम मनु इस साल ही मिले। अच्छा ते क्यों लेट स्टार्ट किया जे पतेंते? पतेंते पहले असली मेरे को काम शाम भी कोई नहीं सी, फिर मैं ज्यादा इतने रहा भी नहीं। कैसा रहा तजर्बा तो पढ़ाई का तजर्बा? मतलब ईजी रहे हो पढ़ाई दे विच? साढ़े हिसाबा वास्ते इन्हां ते मंजिल बड़ी दूर नजर आ रही है। मेरा ख्याल है भी कोई मंजिल दूर नहीं है बिल्कुल भी, सिर्फ है ना कि वो अशफाक अहमद साहब कहते ने भी मैं अपने वालिद नाल बचपन विच मेले ते गया। अच्छा जी। उत्थे हाथी बजिया सी ते मैं उहदे नेड़े होया ते कन्न च अलाया ते मैं डर गया ते मेरे वालिद साहब ने आख्या भी बेटा ए तैनू नहीं मारदा। ठीक है। मैं उहनां नूं आख्या कि छोटे जे किले नाल बजे है। ਉਹਨਾਂ ਆਖਿਆ ਪੁੱਤਰ ਇਸ ਕਿੱਲੇ ਨਾਲ ਹਾਥੀ ਨਹੀਂ ਬੱਜਿਆ, ਉਹਦੀ ਸੋਚ ਬੱਜੀ ਹੈ। ਇਸ ਵਾਸਤੇ ਆਪਣੀ ਸੋਚ ਨੂੰ ਨਾ ਬੰਨੋ ਕਿ ਮੈਂ ਨਹੀਂ ਕਰ ਸਕਦਾ। ਸੋਚ ਨੂੰ ਖੁੱਲਿਆ ਰੱਖੋ ਕਿ ਮੈਂ ਕਰ ਦੇਣਾ ਇਹਨੂੰ ਔਰ ਇਨਸ਼ਾਅੱਲਾ ਹੋ ਜਾਣਾ। ਮੇਰਾ ਖਿਆਲ ਹੈ ਵੀ ਕੋਈ ਮੁਸ਼ਕਿਲ ਨਹੀਂ। ਮਾਸ਼ਾਅੱਲਾ ਹਿੰਮਤ। ਜਿਹੜਾ ਬੰਦਾ ਸਿਰਫ ਮੈਂ ਤੁਹਾਡੇ ਕੋਲ ਜਿਹੜਾ ਬੰਦਾ ਸਿਰਫ ਕਲਾਸ ਲੈ ਲੈਂਦਾ ਨਾ ਇੱਕ ਵਾਰੀ ਬੁੱਕ ਨੂੰ ਫਿਰ ਜਾਂਦਾ ਹੈ। ਮੇਰੇ ਨਜ਼ਰੀਏ ਦੇ ਮੁਤਾਬਕ 80% ਬਹੁਤ ਸ਼ਾਨਦਾਰ ਜੀ, ਬਹੁਤ ਸ਼ਾਨਦਾਰ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਮੇਰੇ ਇੱਕ ਕਜ਼ਨ ਨੇ ਮੇਰੇ ਤੋਂ ਜ਼ਿਆਦਾ ਲਾਇਕ ਨੇ, ਪਾਕਿਸਤਾਨ ਮੇਰੇ ਤੋਂ ਜ਼ਿਆਦਾ ਕੁਆਲੀਫਿਕੇਸ਼ਨ ਹੈ ਉਹਨਾਂ ਦੀ। ਠੀਕ ਹੈ। ਉਹਨਾਂ ਨੇ ਇੱਕ ਹੋਰ ਭਾਈ ਨੇ ਉਹਨਾਂ ਕੋਲੇ ਪੜ੍ਹਦੇ ਨੇ ਤੇ ਉਹਨਾਂ ਦਾ ਇਹ ਵੀ ਨਹੀਂ ਹੋਇਆ। ਅੱਲਾਹ चलो अल्लाह ताला उन्होंने कामयाबी दे। यानी कि वाकई है, चलो टीचर का भी स्टूडेंट की भी बड़ी मेहनत। जिस तरह तुसी दस्या कि एक महीना मैं क्लासा लैके सारी बुक नू फेरा दे के बस मैं क्लासा छड़तियां और फिर रिविजन शुरू कर दी। क्योंकि मेरे को टाइम नहीं सी, मेरी मजबूरी काम दी, फिर मैं क्लास नहीं ली है। हाँ, मेहनत तो सर। मैं रिवीजन करता फिर मैं भी लिखता रहा, जिथे जिस विच मेरी 2-3 बारी गलती हुई है फिर मैं लिख लिया कि इस टॉपिक ते मेरी 2-3 गलतियां हुई ने। क्यों हुई ने? 2-3 बारी उस टॉपिक नु फिर दोबारा बुक खोल के मतलब ऐप खोल के उस टॉपिक नु सारा हल किया। भाई सर्वर साहब, साढ़े बहुत सारे दोस्त लैंग्वेज कोर्स की वजह तो परेशान ने कि उन्होंने 5 साल सहयोग चाहिए, तो उन्होंने चाहिए वो लैटर, ओदी भी पढ़ाई है और पतेंते वास्ते ते परेशान बैठे ने तुहाडे सामने ने साडे दोस्त। लेकिन परेशान परेशानी कोई नहीं भाई जान, ए परेशानी कोई परेशानी नहीं, सिर्फ अपनी सोच नु किल्ले नाल नहीं बनना पर मैं नहीं कर सकदा। बस है कि भाई मैं करांगा जिस सोच बच जाए ना कि बहुत मुश्किल बहुत मुश्किल वो चीज है ही बहुत मुश्किल। हां सही है, सही है। जितने दोस्त ने सारे कहते पता है मतलब बड़ी अप्रिशिएट उन्होंने किया है भाई यार तू कम भी इतना ज्यादा टाइम करके ते कर लिया। अल्लाह बिल्कुल वाकई। और बाद भी खुशी होती है, मतलब है कि भाई मैं मेहनत की थी और मैं इस तरीके ना मैं दी ना एक बड़ी छोटी जी मिसाल देंगा। असी छोटे टाइम जाते सी स्कूल ते साढ़े स्कूल और घर के दरम्यान च एक नहर सी। ਅਸੀਂ 6-7 ਲੜਕੇ ਹੁੰਦੇ, ਗਰੁੱਪ ਹੁੰਦਾ ਸੀ ਤੇ ਸਾਡੇ ਵਿੱਚੋਂ ਜ਼ਿਆਦਾ ਇਹੀ ਕਹਿੰਦੇ ਸੀ ਕਿ ਬਾਈ ਪਾਣੀ ਬਹੁਤ ਜ਼ਿਆਦਾ ਤੇ ਮਸਲਾ ਬਣ ਜਾਏਗਾ, ਵਰਦੀ ਭੇਜ ਜਾਣੀ ਹੈ, ਗੋਡੇ ਗੋਡੇ ਪਾਣੀ ਹੈ। ਜਿਨ੍ਹਾਂ 'ਚ ਮੈਂ ਵੀ ਇਹੀ ਕਹਿੰਦਾ ਸੀ ਕਿ ਨਹੀਂ ਪਾਣੀ ਜ਼ਿਆਦਾ ਮੈਂ ਨਹੀਂ ਵੜਨਾ। ਲੇਕਿਨ ਸਾਡੇ 'ਚੋਂ ਜ਼ਰੂਰ ਇੱਕ ਯੰਗ ਮੈਨ ਐਸਾ ਹੁੰਦਾ ਸੀ ਜਿਹੜਾ ਕਹਿੰਦਾ ਮੈਂ ਵੇਖਣਾ ਕਿੰਨਾ ਕੁ ਪਾਣੀ ਹੈ। ਠੀਕ ਹੈ ਨਾ ਜੀ। ਉਹ ਫਿਰ ਸ਼ਲਵਾਰ ਨੂੰ ਟੁੰਗ ਕੇ ਤੇ ਜਨਾਬ ਵਿੱਚ ਵੜ ਜਾਂਦਾ, ਜੁੱਤੀਆਂ ਫੜ ਕੇ ਵਿੱਚ ਵੜਦਾ ਸੀ। ਫਿਰ ਅਸੀਂ ਦੇਖਦੇ ਸੀ ਉਹ ਹੋਏ ਤੇ ਪਾਣੀ ਗਿੱਟੇ ਗਿੱਟੇ ਵੇ, ਫਿਰ ਅਸੀਂ ਵੀ ਹੌਲੀ ਹੌਲੀ ਚੱਲਣਾ ਸ਼ੁਰੂ ਔਰ ਸਾਰੇ ਹੀ ਨਿਕਲ ਜਾਂਦੇ। ਜਿਹੜਾ ਬੜਾ ਕਮਜ਼ੋਰ ਹੈ ਉਹ ਵੀ ਚੱਲ ਪੈਂਦਾ ਸੀ। ਹਕੀਕਤ ਗੱਲ ਜੇ ਪਤੰਤ ਦਾ ਇਹੀ ਮਸਲਾ ਹੈ। ਯਾਨੀ ਸਾਡੇ ਦੋਸਤ ਦੇਖਦੇ ਯਾਰ ਏਡੇ ਏਡੇ ਵੱਡੇ ਵੱਡੇ ਸਵਾਲ, ਇਤਨੀ ਵੱਡੀ ਬੁੱਕ, ਇਤਨੇ ਜ਼ਿਆਦਾ ਚੈਪਟਰ, ਮੈਨੂੰ ਤਾਂ ਇਟਾਲੀਅਨ ਨਹੀਂ ਆਉਂਦੀ, ਬੋਲਣੀ ਨਹੀਂ ਗੱਲ ਇਤਨਾ ਨਹੀਂ ਮਤਲਬ, ਤੇ ਮੈਂ ਬੁੱਕ ਕਿੰਝ ਪੜ੍ਹਾਂਗਾ।
हालांकि उस बुक दे विच अद्धे तो ज्यादा सवाल वह चंद लफज ने जेडे पूरे पेज चो ही आ रहे ने, बल्कि बुक विच वो ही आ रहे ने, विच एक या दो या तीन लफजा की गल होंगी। और भी जिस तरह भाई सरवर साहब कह रहे हैं कि 70% निशानियां ने, है जी, कोई निशानी ना हल कर लिया, कोई एक दो लफज का मीनिंग हल कर लिया, और रोज है मीनिंग मतलब इंज इशारे करके मैं दसना ए मन ही इंज करना जी एदा इंज करना, तो वो गल इन्ना ही है कि पानी डूंगा है जी। जिस वक्त हूँ ए दोस्त दसते ने पे कि यार नहीं पानी डूंगा, आओ तुसी बस पैर पान की ढेर है, कुछ भी नहीं होना। मैं गुजारिश करांगा जेडे साडे यूट्यूब ते दोस्त सुनते ने पे फेसबुक ते ने, भाई लाइसेंस की वजह तू ते बिल्कुल परेशान ना हो, जुबान का लैंगुएज का कोर्स करना है या लाइसेंस करना है, इन्हों दोवां मसलियां दा हल कीता होया साडे पाकिस्तानी भाइयों ने और साडे इंडियन भाइयों ने जेडे टीचर ने। अल्लाह ताला इन्हां नूं जज़ाए खैर दे, बहुत ज्यादा मेहनत कर रहे ने और साडे वास्ते रास्ता आसान कर रहे ने। तुसां जिहदे वास्ते जिहदे ते मुतमईन हो, ईजी हो, अपना लाइसेंस शुरू करो, उहदे नाल 2-in-1 हो जाणा। लाइसेंस शुरू करो, लाइसेंस भी हो गया और लैंग्वेज कोर्स भी 100% हो गया। ਜਿਹੜੇ ਇਹ ਪਤੈਂਤੀ ਕਰਦੇ ਨੇ, ਘਰ ਅਗਰ ਲੈਟਰ ਆ ਜਾਏ ਤੇ ਪੜ੍ਹ ਕੇ ਆਈਡੀਆ ਲਾ ਲੈਂਦੇ ਨੇ ਕਿ ਕੀ ਕਹਿ ਰਿਹਾ ਲੈਟਰ, ਠੀਕ ਹੈ ਨਾ। ਤੇ ਮਤ ਪਰੇਸ਼ਾਨ ਹੋ, ਸਿਰਫ ਇਹ ਹੈ ਕਿ ਉਹ ਮੋਬਾਈਲ ਨੂੰ ਜਿਹੜਾ ਫਾਲਤੂ ਅਸੀਂ ਟਾਈਮ ਦਿੰਦੇ ਹਾਂ ਉਹ ਟਾਈਮ ਕਲਾਸ ਨੂੰ ਦੇ ਲਓ, ਠੀਕ ਹੈ। ਕੁਝ ਇਹ ਸੋਚ ਕੇ ਬੈਠੇ ਨੇ ਕਿ ਯਾਰ ਆਨਲਾਈਨ ਦੀ ਬਜਾਏ ਟੀਚਰ ਕੋਲ ਬੈਠ ਕੇ ਪੜ੍ਹਾਂਗੇ ਤੇ ਸ਼ਾਇਦ ਸਾਨੂੰ ਸਮਝ ਆ ਜਾਏ। ਆਨਲਾਈਨ ਲਫਜ਼ ਤੋਂ ਹੀ ਕਈ ਬੰਦੇ ਖਾਇਫ ਨੇ, ਕਈ ਬੰਦੇ ਡਰੇ ਹੋਏ ਨੇ ਔਰ ਕਈ ਬੰਦੇ ਉਹਨੂੰ ਅਜੀਬ ਸਮਝਦੇ ਨੇ ਕਿ ਆਨਲਾਈਨ ਸਾਨੂੰ ਕਿੱਥੇ ਪਤਾ ਲੱਗਣਾ, ਮਾਸਟਰ ਕੋਲ ਬਹਿ ਕੇ ਕੰਨ ਸਾਡੇ ਖਿੱਚੇ ਫਿਰ ਨਹੀਂ ਸ਼ਾਇਦ ਸਾਨੂੰ ਸਮਝ ਆਵੇ ਆਨਲਾਈਨ। ਉਹ ਭਾਈ ਆਨਲਾਈਨ ਇਹ ਹੀ ਹੈ ਨਾ ਕਿ ਤੁਸੀਂ ਵੀਡੀਓ ਦੇਖਦੇ ਹੋ, ਮੇਰੀ ਵੀਡੀਓ ਦੇਖ ਕੇ ਬਹੁਤ ਸਾਰੇ ਦੋਸਤ ਕਹਿੰਦੇ ਨੇ ਜੀ ਤੁਹਾਡੀ ਵੀਡੀਓ ਵੇਖ ਕੇ ਇੰਝ ਲੱਗਦਾ ਕਿ ਲਾਇਸੈਂਸ ਕੋਈ ਚੀਜ਼ ਨਹੀਂ ਹੈ। ਪਰ ਆਨਲਾਈਨ 'ਚ ਉਹੀ ਹੈ, ਤੁਸੀਂ ਸਾਹਮਣੇ ਬੈਠ ਕੇ ਪੜ੍ਹਦੇ ਹੋ ਵੀ ਜੇ ਇੱਕ ਵੀਡੀਓ ਦੇਖਿਆ ਤੁਹਾਨੂੰ ਸਮਝ ਆ ਗਈ ਹੈ ਤੇ ਆਨਲਾਈਨ ਵਿੱਚ ਵੀ ਤੇ ਵੀਡੀਓ ਤੇ ਹੀ ਅਸੀਂ ਪੜ੍ਹਾਉਂਦੇ ਹਾਂ, ਠੀਕ ਹੈ। ਤੇ ਇਸ ਤਰੀਕੇ ਨਾਲ ਵੀ ਹੋ ਸਕਦਾ, ਕੋਸ਼ਿਸ਼ ਕਰੋ ਆਪਣੇ ਟਾਈਮ ਨੂੰ ਅੱਛੀ ਜਗ੍ਹਾ ਯੂਜ਼ ਕਰੋ ਔਰ ਇਨਸ਼ਾ ਅੱਲਾ ਸਫ਼ਰ ਸ਼ੁਰੂ ਕਰ ਦਿਆਂਗੇ। ਕਿਉਂ ਭਾਈ ਸਰਵਰ ਸਾਹਿਬ, ਮੈਂ ਚੱਲ ਪਿਆ, ਮੇਰਾ ਮਸ਼ਵਰਾ ਕਿ ਇਨਸ਼ਾ ਭਾਈ ਇਹ ਥੋੜਾ ਡਰ ਖੋਫ ਹੈ ਉਹ ਬਿਲਕੁਲ ਕੱਢ ਦੇਣਗੇ, ਕੱਢ ਦਿਓ। ਨੰਬਰ 2 ਸਾਡੀਆਂ ਪੜ੍ਹਾਈਆਂ ਦੇ ਵਿੱਚ ਇਹ ਚੀਜ਼ਾਂ ਨੇ ਕਿ ਭਾਈ ਜਦ ਤੱਕ ਤੁਸੀਂ ਪਾਸ ਨਹੀਂ ਹੁੰਦੇ, ਹੁਣ ਮੈਂ ਮੈਕਸਿਮਮ 1 ਸਾਲ ਟਾਈਮ ਦੇਣਾ ਹੁੰਦਾ ਸਟੂਡੈਂਟ ਨੂੰ, ਕਿ ਇੱਕ ਬਿਗ ਟਾਈਮ 1 ਸਾਲ, ਕਿ ਭਾਈ ਜਦ ਤੱਕ ਇਹ ਪਾਸ ਨਹੀਂ ਹੁੰਦਾ ਅਸੀਂ ਇਹਦੀ ਹੈਲਪ ਕਰਾਂਗੇ। ਤੇ ਤੁਹਾਨੂੰ ਕਾਹਦੀ ਟੈਨਸ਼ਨ, ਕਿਹੜਾ ਕੋਈ ਮਹੀਨਿਆਂ ਦੇ ਹਿਸਾਬ ਨਾਲ ਫੀਸ ਹੈ ਕਿ ਭਾਈ ਨਹੀਂ ਸਮਝ ਆਉਂਦੀ, ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ। ਤੇ ਜ਼ਰੂਰ ਇਨਸ਼ਾਅੱਲਾ ਸਾਰੇ ਦੋਸਤਾਂ ਨੂੰ ਚਾਹੀਦਾ, ਕੋਸ਼ਿਸ਼ ਕਰੋ, ਅਗਰ ਲਾਇਸੈਂਸ ਦੀ ਵਜ੍ਹਾ ਤੋਂ ਇਸ ਤਰ੍ਹਾਂ ਲਾਈਫ ਸਟਾਪ ਹੋਈਏ ਸਲੋ ਹੋਈਏ ਤੇ ਮੈਂ ਬੈਠਾ ਇਸ ਕੰਮ ਵਾਸਤੇ। ਔਰ ਬਹੁਤ ਸਾਰੇ ਦੋਸਤ ਨੇ ਸਾਡੀ ਤੇ ਬੜੇ, ਬਲਕਿ ਖੁਸ਼ਕਿਸਮਤੀ ਹੈ, ਯਕੀਨ ਕਰੋ। ਕਾਲੇ ਭਾਈ ਕਈ ਰਾਬਤਾ ਮੇਰੇ ਨਾਲ ਕਰਦੇ, ਅਰਬੀ ਭਾਈ ਉਹ ਸਾਨੂੰ ਹੀ ਪੜ੍ਹਾ, ਮੈਂ ਆਖਿਆ ਜੀ ਉਹ ਮੈਂ ਤੇ ਆਪਣੀ ਪੰਜਾਬੀ 'ਚ ਪੜ੍ਹਾਉਣਾ, ਆ ਜਾਓ ਜੀ ਆਂਬੀ ਜੀ ਤੇ, ਠੀਕ ਹੈ ਨਾ। ਸਾਡੀ ਖੁਸ਼ਬਖਤੀ ਹੈ ਕਿ ਸਾਨੂੰ ਪਾਕਿਸਤਾਨੀ ਔਰ ਇੰਡੀਅਨ ਭਾਈ ਟੀਚਰ ਮਿਲੇ ਨੇ ਔਰ ਸਾਡੀ ਹੈਲਪ ਕਰਦੇ ਨੇ, ਤੇ ਫਿਰ ਲਾਇਸੈਂਸ ਸ਼ੁਰੂ ਕਰੋ ਭਾਈ। ਔਰ ਜਿਹੜੇ ਕੀਤੇ ਹੋਏ ਨੇ ਤੁਸੀਂ ਤਾਂ ਇਨਸ਼ਾਅੱਲਾ 100/100 ਮੁਤਮਈਨ ਰਹੋ। ਅੱਜ ਕੱਲ 2021 'ਚ ਮੈਂ ਸਾਰਿਆਂ ਨੂੰ ਆਪਣੀ ਆਪਣੀ ਗੱਡੀ ਤੇ ਜਾਂਦਾ ਹੋਇਆ ਦੇਖ ਰਿਹਾ, ਆਪੇ ਡਰਾਈਵ ਕਰਦਾ ਹੋਇਆ ਇਨਸ਼ਾਅੱਲਾ ਸਾਰੇ 100%। ਤੇ ਮੇਰੀ ਇੱਕ ਰਿਕੁਐਸਟ ਹੈ ਕਿ ਜਾਂਦਿਆਂ ਇਹ ਪੈਨਸਲ ਔਰ ਕਾਗਜ਼ ਕੋਲੇ ਹੋਣਾ ਚਾਹੀਦਾ ਹੈ, ਨਿਸ਼ਾਨੀ ਮਸਟ ਲਿਖ ਲਓ, ਇਸ ਚੈਪਟਰ ਦੀ ਨਿਸ਼ਾਨੀ ਹੈ ਔਰ ਇਹ ਪੂਰੀ ਬੁੱਕ ਦੀ ਨਿਸ਼ਾਨੀ ਹੈ। ਇਨਸ਼ਾਅੱਲਾ ਤੁਹਾਡਾ ਆਪਣਾ ਮਾਸ਼ਾਅੱਲਾ ਮਾਸ਼ਾਅੱਲਾ। ਕੀ ਆਪਣਾ ਦੁਬਾਰਾ ਪਲੀਜ਼ ਦਿਖਾਓਗੇ? ਪੇਪਰ ਲਿਆਂਦਾ ਹੋਇਆ ਨੇ, ਜ਼ਰਾ ਜ਼ਰੂਰ ਦੇਖਾਂਗੇ ਅਸੀਂ, ਕੋਈ ਗੱਲ ਇੱਕ ਮਿੰਟ ਜੀ ਮੈਂ ਜ਼ਰਾ ਸਕਰੀਨ ਜ਼ੂਮ ਕਰਾਂਗਾ ਪੇਪਰ ਜੀ, ਪਲੀਜ਼ ਸਾਹਮਣੇ ਕਰੋ ਜੀ। ਜੀ ਇੱਕ ਮਿੰਟ ਮੈਂ ਜ਼ਰਾ ਮਿਊਟ ਕਰਾਂਗਾ ਫਿਰ ਤੁਹਾਡਾ ਸਾਹਮਣੇ ਆਏਗਾ, ਇੱਕ ਮਿੰਟ ਜਸਟ।